ਮੈਂ ਮਨੋਹਰ ਮਸੀਹ ਲੇਟ ਸ੍ਰੀ ਸ਼ਰਾਜਮ ਸਿੰਘ ਅਮਰ ਕਲੋਨੀ ਭਾਮੀਆਂ ਕਲਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਸਰ ਜੀ ਮੇਰੇ ਕੋਲ 4 ਪਸ਼ੂ ਸਨ ਜਿਨ੍ਹਾਂ ਵਿੱਚੋਂ ਮੈਂ ਰਾਤ ਨੂੰ ਦੁੱਧ ਚੋ ਕੇ ਇਹਨਾਂ ਦਾ ਸਾਰਾ ਕੁਝ ਕਰਕੇ ਅੰਦਰ ਬੰਨ ਕੇ ਗਿਆ ਤਾਂ ਜਦੋਂ ਮੈਂ ਸਵੇਰੇ گاਵਾ ਨੂੰ ਸੰਨੀ ਕਰਨ ਵਾਸਤੇ ਆਇਆ ਜਾਂ ਧਾਰਾਂ ਚੋਣ ਵਾਸਤੇ ਆਇਆ ਤੇ ਜਾ ਦੇਖਿਆ ਤੇ 3 گاਵਾ ਜਿਹੜੀਆਂ ਮਰੀਆਂ ਪਈਆਂ ਸਨ ਸਰ ਜੀ ਉਹਨਾਂ ਦੇ ਮੂੰਹ ਤੋਂ ਝਗ ਨਿਕਲੀ ਹੋਈ ਉਹ ਕਿਸੇ ਨੇ ਪਾਉ ਜਾਂ ਦੇ ਦਿੱਤਾ ਏ ਇਹ ਮੇਰੇ ਤੋਂ ਕੋ 20 ਸਾਲ ਤੋਂ ਪਸਵਾਂ ਦਾ ਕੰਮ ਚੱਲ ਰਿਹਾ ਜਦੋਂ ਤੁਮੈਂ ਡਿਊਟੀ ਵੀ ਕਰਦਾ ਸੀਗਾ ਜੀ ਸਰ ਮੈਨੂੰ ਬਿਲਕੁਲ ਸ਼ੱਕ ਆ ਸ਼ਰਾਦਤ ਹੈਗੀ ਹੈ ਉਹਨਾਂ ਤੇ ਐਕਸ਼ਨ ਆਉਣਾ ਚਾਹੀਦਾ ਮੇਰਾ ਸਾਰਾ ਹਰਜਾਨਾ ਉਹਨਾਂ ਨੂੰ ਪੈਣਾ ਚਾਹੀਦਾ ਆ ਵੀ ਅੱਜ ਮੇਰੇ ਨਾਲ ਇਹ ਗਾਈ ਹੱਤਿਆ ਕੀਤੀ ਗਈ ਤੇ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਨੇ ਮੈਂ ਮਨੋਹਰ ਮਸੀਤ ਲੇਟ ਸ੍ਰੀ ਸ਼ਰਾਜਮ ਸੀ ਅਮਰ ਕਲੋਨੀ ਭਾਮੀਆਂ ਕਲਾ ਲੁਧਿਆਣਾ ਦਾ ਰਹਿਣ ਵਾਲਾ ਹੈ ਸਰ ਜੀ ਮੇਰੇ ਕੋਲ ਚਾਰ ਪਸ਼ੂ ਸਨ ਜਿਨ੍ਹਾਂ ਵਿੱਚੋਂ ਮੈਂ ਰਾਤ ਨੂੰ ਦੁੱਧ ਚੋ ਕੇ ਇਹਨਾਂ ਦਾ ਸਾਰਾ ਕੁਝ ਕਰਕੇ ਅੰਦਰ ਬੰਨ ਕੇ ਗਿਆ ਤਾਂ ਜਦੋਂ ਮੈਂ ਸਵੇਰੇ گاਵਾ ਨੂੰ ਸੰਨੀ ਕਰਨ ਵਾਸਤੇ ਆਇਆ ਜਾਂ ਧਾਰਾਂ ਚੋਣ ਵਾਸਤੇ ਆਇਆ ਤੇ ਜਾ ਦੇਖਿਆ ਤੇ ਤਿੰਨ گاਵਾ ਜੜੀਆਂ ਮਰੀਆਂ ਪਈਆਂ ਸਨ ਸਰ ਜੀ ਉਹਨਾਂ ਦੇ ਮੂੰਹ ਤੋਂ ਚੇਗ ਨਿਕਲ ਗਈ ਉਹ ਕਿਸੇ ਨੇ ਪਾਉ ਜਾਂ ਦੇ ਦਿੱਤਾ ਏ ਇਹ ਮੇਰੇ ਤੋਂ ਕੋ 20 ਸਾਲ ਤੋਂ ਪਸ਼ੂਆਂ ਦਾ ਕੰਮ ਚੱਲ ਰਿਹਾ ਸੀ ਜਦੋਂ ਤਮੇ ਡਿਊਟੀ ਵੀ ਕਰਦਾ ਸੀਗਾ ਜੀ ਸਰ ਮੈਨੂੰ ਬਿਲਕੁਲ ਸ਼ੱਕ ਆ ਸ਼ਰਾਰਤ ਹੈਗੀ ਹੈ ਉਹਨਾਂ ਤੇ ਐਕਸ਼ਨ ਆਉਣਾ ਚਾਹੀਦਾ ਮੇਰਾ ਸਾਰਾ ਹਰਜਾਨਾ ਉਹਨਾਂ ਨੂੰ ਪੈਣਾ ਚਾਹੀਦਾ ਆ ਵੀ ਅੱਜ ਮੇਰੇ ਨਾਲ ਇਹ ਗਾਈ ਹੱਤਿਆ ਕੀਤੀ ਗਈ ਤੇ ਕੱਲ੍ਹ ਨੂੰ ਹੋਰ ਵੀ ਕੁਝ ਕਰ ਸਕਦੇ ਨੇ ਮੈਂ ਮਨੋਹਰ ਮਸੀਤ ਲੇਟ ਸ੍ਰੀ ਸ਼ਰਾਜਮਸੀ ਅਮਰ ਕਲੋਨੀ ਭਾਮੀਆਂ ਕਲਾ ਲੁਧਿਆਣਾ ਦਾ ਰਹਿਣ ਵਾਲਾ ਹੈ ਸਰ ਜੀ ਮੇਰੇ ਕੋਲ ਚਾਰ ਪਸ਼ੂ ਸਨ ਜਿਨ੍ਹਾਂ ਵਿੱਚੋਂ ਮੈਂ ਰਾਤ ਨੂੰ ਦੁੱਧ ਚੋ ਕੇ ਇਹਨਾਂ ਦਾ ਸਾਰਾ ਕੁਝ ਕਰਕੇ ਅੰਦਰ ਬੰਨ ਕੇ ਗਿਆ ਤਾਂ ਜਦੋਂ ਮੈਂ ਸਵੇਰੇ گاਵਾ ਨੂੰ ਸੰਨੀ ਕਰਨ ਵਾਸਤੇ ਆਇਆ ਜਾਂ ਧਾਰਾਂ ਚੋਣ ਵਾਸਤੇ ਆਇਆ ਤੇ ਜਾ ਦੇਖਿਆ ਤੇ ਤਿੰਨ ਗਾਵਾਂ ਜੜੀਆਂ ਮਰੀਆਂ ਪਈਆਂ ਸਨ ਸਰ ਜੀ ਉਹਨਾਂ ਦੇ ਮੂੰਹ ਤੋਂ ਝਗ ਨਿਕਲ ਰਹੀ ਹੈ ਉਹ ਕਿਸੇ ਨੇ ਪਾਉ ਜਾਂ ਦੇ ਦਿੱਤਾ ਹੈ ਇਹ ਮੇਰੇ ਤੋਂ ਕੋ 20 ਸਾਲ ਤੋਂ ਪਸ਼ੂਆਂ ਦਾ ਕੰਮ ਚੱਲ ਰਿਹਾ ਸੀ ਜਦੋਂ ਤੋਂ ਮੈਂ ਡਿਊਟੀ ਵੀ ਕਰਦਾ ਸੀਗਾ ਜੀ ਸਰ ਮੈਨੂੰ ਬਿਲਕੁਲ ਸ਼ੱਕ ਆ ਸ਼ਰਾਰਤ ਹੈਗੀ ਹੈ ਉਹਨਾਂ ਦੇ ਤੇ ਐਕਸ਼ਨ ਆਉਣਾ ਚਾਹੀਦਾ ਮੇਰਾ ਸਾਰਾ ਹਰਜਾਨਾ ਉਹਨਾਂ ਨੂੰ ਪੈਣਾ ਚਾਹੀਦਾ ਆ ਵੀ ਅੱਜ ਮੇਰੇ ਨਾਲ ਇਹ ਗਾਈ ਹੱਤਿਆ ਕੀਤੀ ਗਈ ਤੇ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਨੇ ਮੈਂ ਮਨੋਹਰ ਮਸੀਤ ਲੇਟ ਸ੍ਰੀ ਸ਼ਰਾਜਮਸੀ ਅਮਰ ਕਲੋਨੀ ਭਾਮੀਆਂ ਕਲਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਸਰ ਜੀ ਮੇਰੇ ਕੋਲ ਚਾਰ ਪਸ਼ੂ ਸਨ ਜਿੰਨਾਂ ਵਿੱਚੋਂ ਮੈਂ ਰਾਤ ਨੂੰ ਦੁੱਧ ਚੋ ਕੇ ਇਹਨਾਂ ਦਾ ਸਾਰਾ ਕੁਝ ਕਰਕੇ ਅੰਦਰ ਬੰਨ ਕੇ ਗਿਆ ਤਾਂ ਜਦੋਂ ਮੈਂ ਸਵੇਰੇ گاਵਾ ਨੂੰ ਸੰਨੀ ਕਰਨ ਵਾਸਤੇ ਆਇਆ ਜਾਂ ਧਾਰਾਂ ਚੋਣ ਵਾਸਤੇ ਆਇਆ ਤੇ ਜਾ ਦੇਖਿਆ ਤੇ ਤਿੰਨ گاਵਾ ਜਿਹੜੀਆਂ ਮਰੀਆਂ ਪਈਆਂ ਸਨ ਸਰ ਜੀ ਉਹਨਾਂ ਦੇ ਮੂੰਹ ਤੋਂ ਝਗ ਨਿਕਲੀ ਹੋਈ ਉਹ ਕਿਸੇ ਨੇ ਪਾਉ ਜਾਂ ਦੇ ਦਿੱਤਾ ਏ ਇਹ ਮੇਰੇ ਤੋਂ ਕੋ 20 ਸਾਲ ਤੋਂ ਪਸਵਾਂ ਦਾ ਕੰਮ ਚੱਲ ਰਿਹਾ ਜਦੋਂ ਤਮੈਂ ਡਿਊਟੀ ਵੀ ਕਰਦਾ ਸੀਗਾ ਜੀ ਸਰ ਮੈਨੂੰ ਬਿਲਕੁਲ ਸ਼ੱਕ ਆ ਸ਼ਰਾਰਤ ਹੈਗੀ ਹੈ ਉਹਨਾਂ ਤੇ ਐਕਸ਼ਨ ਆਉਣਾ ਚਾਹੀਦਾ ਮੇਰਾ ਸਾਰਾ ਹਰਜਾਨਾ ਉਹਨਾਂ ਨੂੰ ਪੈਣਾ ਚਾਹੀਦਾ ਆ ਵੀ ਅੱਜ ਮੇਰੇ ਨਾਲ ਇਹ ਗਾਈ ਹੱਤਿਆ ਕੀਤੀ ਗਈ ਤੇ ਕੱਲ੍ਹ ਨੂੰ ਹੋਰ ਵੀ ਕੁਝ ਕਰ ਸਕਦੇ